ਤੁਸੀਂ ਅਕਸਰ ਸਾਨੂੰ ਸਫ਼ਰ ਦੇ ਦੌਰਾਨ ਖੱਪ ਪਾਉਂਦਿਆਂ ਔਰ ਹਸੀ ਮਜ਼ਾਕ ਕਰਦਿਆਂ ਦੇਖਿਆ ਹੋਇਆ, ਲੇਕਿਨ ਅੱਜ ਅਸੀਂ ਬੜੇ ਸ਼ਰੀਫ਼ ਔਰ ਮੁਹੱਜ਼ਬ ਇਨਸਾਨ ਬਣ ਕੇ ਸਾਰੇ ਦੋਸਤ ਸਫ਼ਰ ਕਰ ਰਹੇ, ਕਿਉਂਕਿ ਅੱਜ ਫਰੰਟ ਸੀਟ ਤੇ ਸਾਡੇ ਇੱਕ ਦੋਸਤ ਦੇ ਵਾਲਦ ਸਾਹਿਬ ਬੈਠੇ। ਸਿਆਣਾ ਬੰਦਾ ਨਾਲ ਹੋਣ ਦੀ ਵਜ੍ਹਾ ਤੋਂ ਸਾਰਾ ਸਫ਼ਰ ਬੜੀ ਤਮੀਜ਼ ਨਾਲ ਔਰ ਬਗੈਰ ਸ਼ਰਾਰਤ ਤੋਂ ਕਰਨਾ ਪਿਆ। ਖੈਰ ਅਸੀਂ ਜਾ ਕਿੱਥੇ ਰਹੇ ਹਾਂ ਇਹ ਵੀ ਤੁਹਾਨੂੰ ਦੱਸ। ਰਾਣਾ ਅਕਸਰ ਇਹ ਵਾਲਾ ਗਾਣਾ ਗਾਉਂਦਾ ਹੁੰਦਾ, ਬਸ ਫਿਰ ਬਾਪੂ ਨੇ ਕਿਹਾ ਮੈਨੂੰ ਯਾਰਸ ਲੈ। ਪਰ ਅੱਜ ਅਸੀਂ ਰਾਣੇ ਦੇ ਯਾਰਸ ਲਈ ਬਾਪੂ ਲੈਣ ਆਪਣੇ ਨਾਲ ਦੇ ਸ਼ਹਿਰ ਸਾਹੀਵਾਲ ਜਾ ਰਹੇ। ਖੈਰ ਇਹ ਪੌਣੇ ਘੰਟੇ ਦਾ ਸਫ਼ਰ, ਸੜਕ ਟੁੱਟੀ ਹੋਣ ਦੀ ਵਜ੍ਹਾ ਤੋਂ ਅਸੀਂ ਇੱਕ ਘੰਟੇ 'ਚ ਔਰ ਸਾਡਾ ਉਹ ਇੱਕ ਘੰਟਾ ਸਿਆਣਾ ਬੰਦਾ ਨਾਲ ਹੋਣ ਦੀ ਵਜ੍ਹਾ ਤੋਂ ਡੇਢ ਘੰਟੇ 'ਚ ਗੁਜ਼ਰੇ। ਪਰ ਆਖਿਰਕਾਰ ਅਸੀਂ ਕਿਓਟਾ ਸਾਹੀਵਾਲ ਦੇ ਅੰਦਰ ਐਂਟਰ ਹੋ, ਸ਼ੋਰੂਮ ਦੇ ਅੰਦਰ ਪਹੁੰਚਦਿਆਂ ਹੀ ਗੱਲਬਾਤ ਕੀਤੀ ਔਰ ਰੇਟ ਵਗੈਰਾ ਪਤਾ ਕੀਤਾ, ਜਿਹੜੀ ਗੱਡੀ ਲੈਣੀ ਸੀ ਉਹਦਾ ਮੁਆਇਨਾ ਕੀਤਾ ਔਰ ਉਹਨਾਂ ਨੂੰ ਕਿਹਾ ਕਿ ਸਾਨੂੰ ਇਹਦੀ ਟੈਸਟ ਡਰਾਈਵ ਕਰਾਓ। ਖੈਰ ਗੱਡੀ ਤੇ ਚਾਚੇ ਨੇ ਲੈਣੀ ਸੀ, ਲੇਕਿਨ ਟੈਸਟ ਡਰਾਈਵ ਲਈ ਤੁਹਾਡਾ ਭਰਾ ਅੱਗੇ ਹੋਇਆ, ਕਿਉਂਕਿ ਸਾਨੂੰ ਡਰ ਸੀ ਕਿ ਚਾਚਾ ਕਿਤੇ ਠੋਕ ਨਾ ਦੇਵੇ। ਔਰ ਮੈਂ ਆਪਣੀ ਤਰਫੋਂ ਸਿਆਣਿਆਂ ਤੋਂ ਵੀ ਸਿਆਣਾ ਔਰ ਪ੍ਰੋ ਡਰਾਈਵਰ ਬਣ ਕੇ ਡਰਾਈਵਿੰਗ ਸੀਟ ਤੇ ਬਹਿ ਗਿਆ। ਖੈਰ ਇਹਦੀ ਟੈਸਟ ਡਰਾਈਵ ਲੈ ਕੇ ਮਹਿਸੂਸ ਹੋਇਆ ਬਿਲਕੁਲ ਪੁਰਾਣੀ ਯਾਰ ਇਸ ਤਰ੍ਹਾਂ ਹੀ, ਪਰ ਹੁਣੇ ਵੀ ਇਸ ਤਰ੍ਹਾਂ ਹੀ ਸੀ, ਕਿਉਂਕਿ ਟੋਯੋਟਾ ਨੇ ਸਿਰਫ ਇਹਦੇ ਬੰਪਰ ਲਾਈਟ ਔਰ ਛੋਟੇ ਮੋਟੇ ਚੇਂਜ ਕੀਤੇ। ਖੈਰ ਇੱਥੇ ਆ ਕੇ ਅਸੀਂ ਫੈਸਲਾ ਕੀਤਾ ਕਿ ਗੱਡੀ ਬੁਕਿੰਗ 'ਚ ਪਾ ਦਿੰਦੇ, ਇੱਕ ਮਹੀਨਾ ਬਾਅਦ ਯਾਨੀ ਜਨਵਰੀ 'ਚ ਰਿਸੀਵ ਕਰਾਂਗੇ ਤਾਂ ਕਿ ਉਹ 2025 ਮਾਡਲ ਹੋ ਜਾਵੇ। ਅੱਜ ਦੇ ਸਾਰੇ ਕੰਮ ਕਰਨ ਤੋਂ ਬਾਅਦ ਸਿਰਫ ਇੱਕ ਕੰਮ ਰਹਿ ਗਿਆ, ਕਹਿੰਦੇ ਕਿ ਸਮਝਦਾਰ ਲਈ ਇਸ਼ਾਰਾ ਹੀ ਕਾਫੀ, ਇਸ ਲਈ ਮੈਂ ਤਸੱਲੀ ਨਾਲ ਇਸ਼ਾਰੇ ਕਰ ਰਿਹਾ ਸੀ। ਅਸਲ ਮੈਂ ਤੂੰ ਖਾਣਾ ਵਾ, ਅਸੀਂ ਇਹਨਾਂ ਦੀ ਕੋਈ ਸ਼ੈ ਨਹੀਂ ਖਾਣੀ, ਇਹਨਾਂ ਦਾ ਆਪਣਾ ਬਾਈਕਾਟ ਆ, ਇਹ ਐਫਸੀ ਆ ਰਿਹਾ, ਇਹ ਯੂਦੀ ਨੇ ਨਾ, ਇਹ ਯੂਦੀ ਨੇ, ਆਪਾਂ ਕੀ ਖਾਣਾ ਭਲਾ, ਆਪਾਂ ਸਭ ਵੇ ਖਾਏਂਗੇ ਸਭ, ਯਾਰ ਮੈਨੂੰ ਲੱਗਦਾ ਸਭ ਵੇ ਵਾਲਾ ਮੁਸਲਮਾਨ ਹੋ ਗਿਆ ਸੀ ਨਾ। ਇਹ ਯੂਦੀਆਂ ਵਾਲਾ ਖਾ ਰਿਹਾ, ਪਰ ਹਮ ਸੱਚੇ ਮੁਸਲਮਾਨ ਹੈ, ਹਮ ਸਭ ਵੇ ਪੇ ਆਏ ਹੈਂ। ਚਾਚੂ ਠੰਡਾ ਤੇ ਨਹੀਂ, ਠੰਡਾ ਮਜ਼ਾ ਆ ਰਿਹਾ, ਇੱਧਰ ਨੂੰ ਆਇਆ ਮੈਂ ਕਿਤੋਂ ਨਾ, ਮੈਂ ਚਮਚੀ